ਸਿੱਖ ਬੁੱਧੀਜੀਵੀ ਗੁਰਦਰਸ਼ਨ ਸਿੰਘ ਢਿੱਲੋਂ ਮੌਜੂਦ ਨੇ। ਢਿੱਲੋਂ ਸਾਹਿਬ, ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਦੋਸ਼ੀ ਕਰਾਰ ਦੇ ਦਿੱਤਾ ਗਿਆ। 15 ਦਿਨਾਂ ਦੇ ਵਿੱਚ ਪੇਸ਼ ਹੋਣ ਦਾ ਹੁਕਮ ਹੋ ਗਿਆ ਤਖ਼ਤ ਸਾਹਿਬ ਤੋਂ। ਇਸ ਫੈਸਲੇ ਨੂੰ ਕਿਵੇਂ ਦੇਖੀਏ? ਤੇ ਦੂਜੀ ਗੱਲ, ਤਨਖਾਹੀਆ ਕਰਾਰ ਦਿੱਤਾ ਗਿਆ, ਉਹਦੇ ਸਹੀ ਮਾਇਨੇ ਕੀ ਨਿਕਲਦੇ ਆ? ਤਨਖਾਹੀਆ ਕਰਾਰ ਦੇਣ ਦਾ ਮਤਲਬ ਦੋਸ਼ੀ ਕਰਾਰ ਦਿੱਤਾ, ਉਹਨੂੰ ਦੋਸ਼ੀ ਮੰਨ ਲਿਆ ਸ੍ਰੀ ਅਕਾਲ ਤਖ਼ਤ ਸਾਹਿਬ ਨੇ। ਹੁਣ ਉਸ ਨੂੰ ਕਿੰਨੀ ਕੁ ਸਜ਼ਾ ਦੇਣੀ ਹੈ, ਇਹ ਅੱਗੇ ਉਹ ਜਦੋਂ ਅਪੀਲ ਹੋਊਗਾ ਫਿਰ ਕੁਆਂਟਮ ਆਫ ਪਨਿਸ਼ਮੈਂਟ। ਇਸ ਤਰ੍ਹਾਂ ਅਦਾਲਤਾਂ ਵੀ ਕਰਦੀਆਂ ਕਿਸੇ ਨੂੰ, ਮਤਲਬ ਦੋਸ਼ੀ ਡਿਕਲੇਅਰ ਕਰਨ ਤੋਂ ਬਾਅਦ ਉਹਨੂੰ ਕਹਿੰਦੇ ਆ ਵੀ ਤੂੰ ਫਿਰ ਤੈਨੂੰ ਕੁਆਂਟਮ ਆਫ ਪਨਿਸ਼ਮੈਂਟ ਦੱਸਾਂ ਕੀ ਸਜ਼ਾ ਦਿੱਤੀ। ਹੁਣ ਐਸੇ ਦੇ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਹੈ ਜੀ ਕਿ ਜੇ ਦੋਸ਼ੀ ਕਰਾਰ ਦੇ ਦਿੱਤਾ ਗਿਆ ਤਾਂ ਕੀ ਸੁਖਬੀਰ ਸਿੰਘ ਬਾਦਲ, ਕਿਉਂਕਿ ਪੰਥ ਵਿਰੋਧੀ ਗਤੀਵਿਧੀਆਂ, ਸਿੱਧੇ ਤੌਰ ਤੇ ਸੌਦਾ ਸਾਧ ਨੂੰ ਮਾਫੀ ਦਾ ਮਸਲਾ ਜਾਂ ਹੋਰ ਮਸਲੇ, ਪੰਥ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਦੋਸ਼ੀ ਕਰਾਰ ਦਿੱਤਾ ਗਿਆ, ਪੰਥਕ ਨੁਮਾਇੰਦਾ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ, ਤਾਂ ਇਹ ਸਵਾਲ ਉੱਠ ਰਿਹਾ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿੰਦਿਆਂ ਪੇਸ਼ ਹੋਣਗੇ ਜਾਂ ਫਿਰ ਪ੍ਰਧਾਨਗੀ ਛੱਡ ਕੇ ਪੇਸ਼ ਹੋਣਗੇ, ਕਿਉਂਕਿ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਇਹਦੇ ਮਾਇਨੇ ਸਮਝੀਏ? ਨਿਮਾਣੇ ਸਿੱਖ ਵਜੋਂ ਮਤਲਬ ਹੈ ਐਜ ਏ ਹੰਬਲ ਪਰਸਨ, ਕੋਈ ਵੀ ਬੰਦਾ ਜਿਸ ਤਰ੍ਹਾਂ ਨੋਰਮਲ ਜਿਹੜੀ ਦੁਨਿਆਵੀ ਅਦਾਲਤਾਂ ਉਹਦੇ 'ਚ ਅਪੀਲ ਹੁੰਦਾ ਤਾਂ ਉਹ ਆਪਣੇ ਅਹੁਦੇ ਦੇ ਮੁਤਾਬਕ ਨਹੀਂ ਹੁੰਦਾ, ਉਹ ਐਜ ਏ ਹੰਬਲ ਪਰਸਨ, ਆਈ ਹੰਬਲੀ ਸਬਮਿਟ ਇੱਦਾਂ ਕਿਹਾ ਜਾਂਦਾ। ਤਾਂ ਹੰਬਲੀ ਸਬਮਿਟ ਤਾਂ ਉਹ ਚਾਹੇ ਮਿਨਿਸਟਰ ਹੋਵੇ, ਚਾਹੇ ਚੀਫ ਮਿਨਿਸਟਰ ਹੋਵੇ, ਚਾਹੇ ਕੋਈ ਹੋਰ ਹੋਵੇ ਅਹੁਦੇਦਾਰ ਹੋਵੇ ਵੱਡਾ ਪੋਲੀਟੀਕਲ ਲੀਡਰ ਪੋਜੀਸ਼ਨ ਦੇ ਉੱਤੇ ਹੋਵੇ, ਤਾਂ ਇਹ ਇਸ ਤਰੀਕੇ ਨਾਲ ਹੀ ਇਹ ਮਰਿਆਦਾ ਵੀ ਹੈ ਵੀ ਤੂੰ ਐਜ਼ ਅ ਨਿਮਾਣਾ ਸਿੱਖ, ਐਜ਼ ਏ ਹੰਬਲ ਸਿੱਖ, ਇਨ ਟੋਟਲ ਹਿਊਮਿਲਿਟੀ ਤੂੰ ਅਪੀਅਰ ਹੋਏਗਾ, ਤੂੰ ਇਸ ਗੱਲ ਦੇ ਹੰਕਾਰ 'ਚ ਨਹੀਂ ਹੋਏਗਾ ਵੀ ਮੈਂ ਪ੍ਰੈਜੀਡੈਂਟ ਹਾਂ, ਮੈਂ ਮਿਨਿਸਟਰ ਰਿਹਾ, ਮੈਂ ਫਲਾਣਾ ਰਿਹਾ, ਤਿਮਕਾ ਰਿਹਾ, ਅਮਕਾ ਰਿਹਾ, ਸਮਝੇ ਉਸ ਪੋਜੀਸ਼ਨ 'ਚ। ਅੱਛਾ, ਸਜ਼ਾ ਕਿਸ ਤਰ੍ਹਾਂ ਦੀ ਜਿਹੜੀ ਤਨਖਾਹ, ਬੇਸਿਕਲੀ ਧਾਰਮਿਕ ਤਨਖਾਹ, ਹਾਲਾਂਕਿ ਬਹੁ ਗਿਣਤੀ ਸੰਗਤ ਸਮਝਦੀ ਹੈ, ਪਰ ਇਹਦੇ ਵਿੱਚ ਕਿਸ ਤਰ੍ਹਾਂ ਦੀ ਆਪਸ਼ਨ ਹੁੰਦੀ ਹੈ ਵੀ ਕਿਸ ਤਰ੍ਹਾਂ ਦੀ ਤਨਖਾਹ ਲਾਈ ਜਾ ਸਕਦੀ ਹੈ, ਸਜ਼ਾ ਦਿੱਤੀ ਜਾ ਸਕਦੀ, ਕੋਈ ਸਖ਼ਤ ਸਜ਼ਾ ਵੀ ਇਹਦੇ 'ਚ ਦਿੱਤੀ ਜਾ ਸਕਦੀ? ਜੀ, ਉਹ ਆਲ ਡਿਪੈਂਡ ਕਰਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿ ਉਹ ਕਿੰਨਾ ਕੁ ਸਮਝਦੇ ਵੀ ਕਿੰਨਾ ਕੁ ਇਸ ਨੇ ਗੁਨਾਹ ਕੀਤਾ, ਕਿੰਨੀ ਕੁ ਇਸ ਨੇ ਜਿਹੜੀ ਸਿੱਖ ਮਰਿਆਦਾ ਦੀ ਵਾਇਲੇਸ਼ਨ ਕੀਤੀ ਹੈ। ਇਹ ਤਾਂ ਉਹਨਾਂ ਦੀ ਸਮਝ ਦੇ ਮੁਤਾਬਕ ਹੈ ਨਾ, ਉਹਨਾਂ ਨੇ ਦੇਖਣਾ ਵੀ ਕਿੰਨੀ ਕੁ ਕੁਆਂਟਮ ਆਫ ਪਨਿਸ਼ਮੈਂਟ ਅਸੀਂ ਕਿਹੋ ਕਿਸ ਕਿਸਮ ਦੀ ਸਜ਼ਾ ਇਸ ਨੂੰ ਦੇਣੀ ਹੈ, ਇਹ ਤਾਂ ਸਿਰਫ ਜੱਜ ਹੀ ਦੱਸ ਸਕਦਾ ਨਾ। ਅੱਛਾ, ਇੱਕ ਨਾ ਸੋਸ਼ਲ ਮੀਡੀਆ 'ਤੇ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਬੜੀ ਜਲਦੀ ਟਿੱਪਣੀਆਂ ਆਉਣ ਲੱਗ ਜਾਂਦੀਆਂ, ਅੱਜ ਵੀ ਕਈ ਤਰ੍ਹਾਂ ਦੀ ਟਿੱਪਣੀਆਂ ਆ ਰਹੀਆਂ ਕਿ ਜੀ ਜਿਹੜੀਆਂ ਧਾਰਮਿਕ ਸਜ਼ਾਵਾਂ ਹੁੰਦੀਆਂ ਬਰਤਨ ਸਾਫ਼ ਕਰਨ ਦੀ ਜਾਂ ਜੋੜੇ ਸਾਫ਼ ਕਰਨ ਦੀ, ਇਸ ਤਰ੍ਹਾਂ ਦੀ ਸਜ਼ਾ, ਮਤਲਬ ਇਸ ਤਰ੍ਹਾਂ ਟਿੱਪਣੀਆਂ ਆ ਰਹੀਆਂ ਸੋਸ਼ਲ ਮੀਡੀਆ 'ਤੇ। ਇੱਕ ਚੀਜ਼ ਸਮਝਣੀ ਚਾਹੂੰਗਾ ਕੀ ਗੁਨਾਹ ਛੋਟਾ ਪਾਇਆ ਜਾਂਦਾ ਤਾਂ ਜਾਂ ਗੁਨਾਹ ਕੋਈ ਵੱਡਾ ਸਾਬਤ ਹੋ ਜਾਂਦਾ, ਕਿਉਂਕਿ ਸੌਦਾ ਸਾਧ ਨੂੰ ਮਾਫ਼ੀ ਦਾ ਮਸਲਾ ਬਹੁਤ ਵੱਡਾ ਮਸਲਾ, ਜੇ ਉਹਦਾ ਖੁੱਲ੍ਹ ਕੇ ਤੌਰ 'ਤੇ ਸਿੱਧੇ ਤੌਰ 'ਤੇ ਗੁਨਾਹਗਾਰ ਮੰਨ ਲਿਆ ਗਿਆ, ਹਾਲਾਂਕਿ ਉਹ ਹਜੇ ਕਲੀਅਰ ਹੋਣੀਆਂ ਚੀਜ਼ਾਂ, ਜੇ ਮੰਨ ਲਿਆ ਗਿਆ ਤਾਂ ਕੀ ਉਦੋਂ ਵੀ ਇਹ ਬਰਤਨ ਸਾਫ਼ ਕਰਨ ਜਾਂ ਇੱਦਾਂ ਦੀ ਧਾਰਮਿਕ ਸਜ਼ਾ ਹੋ ਸਕਦੀ ਹੈ ਜਾਂ ਕੋਈ ਸਖ਼ਤ ਸਜ਼ਾ ਵੀ ਹੋ ਸਕਦੀ ਹੈ? ਬਰਾੜ ਸਾਹਿਬ, ਮੈਂ ਕਿਸੇ ਜੱਜ ਦੇ ਬਿਹਾਫ 'ਤੇ ਥੋੜ੍ਹਾ ਕਹਿ ਸਕਦਾ ਵੀ ਕਿੰਨੀ ਕੁ ਸਜ਼ਾ, ਕਿਹੋ ਜਿਹੀ ਸਜ਼ਾ, ਸਮਝੇ? ਇਹ ਤਾਂ ਉਹਨਾਂ 'ਤੇ ਡਿਪੈਂਡ, ਉਹ ਆਪ ਹੀ ਫੈਸਲਾ ਕਰਨਗੇ। ਧਰਮ ਦੇ ਵਿੱਚ ਸਾਡੇ ਮਤਲਬ ਵੀ ਹੈ ਕਿਸ ਤਰ੍ਹਾਂ ਦੀ ਆਪਸ਼ਨ? ਮੈਂ ਟ੍ਰੈਡੀਸ਼ਨ ਦੱਸ ਦਿੰਦਾ ਤੁਹਾਨੂੰ, ਉਹ ਤੁਸੀਂ ਠੀਕ ਸਵਾਲ ਕੀਤਾ, ਗੁਰੂਆਂ ਦੇ ਪੀਰੀਅਡ ਤੋਂ ਲੈ ਕੇ ਇਹ ਇੱਕ ਟ੍ਰੈਡੀਸ਼ਨ ਸਿੱਖਾਂ 'ਚ ਚੱਲੀ ਆ ਰਹੀ ਹੈ। ਕਿਸ ਤਰ੍ਹਾਂ, ਤੀਰਮੱਲ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਸੀਗਾ, ਗ੍ਰੈਂਡ ਸਨ, ਔਰ ਗੁਰੂ ਅਰਜਨ ਦੇਵ ਮਹਾਰਾਜ ਦਾ ਪੜੋਤਾ ਸੀਗਾ, ਤਾਂ ਉਹ ਗੁਰੂ ਹਰਗੋਬਿੰਦ ਮਹਾਰਾਜ ਆਪਣੀ ਅਖੀਰਲੀ ਉਮਰ ਦੇ ਵਿੱਚ ਕੀਰਤਪੁਰ ਸਾਹਿਬ ਦੇ ਵਿੱਚ ਜਾ ਬੈਠੇ। ਉਹਨਾਂ ਨੇ ਆਪਣੇ ਸਿੱਖ ਭੇਜੇ ਵੀ ਜਾ ਕੇ ਤੀਰਮੱਲ ਤੋਂ ਪੋਥੀ ਲੈ ਕੇ ਆਓ,
ਤਾਂ ਉਹ ਆ ਕੇ ਚਲੇ, ਉਹ ਆਏ ਉੱਥੇ ਧੀਰਮਲ ਨੂੰ ਕਹਿਣਗੇ ਮਹਾਰਾਜ ਦਾ ਹੁਕਮ ਆ, ਗੁਰੂ ਹਰਗੋਬਿੰਦ ਮਹਾਰਾਜ ਤੁਹਾਡੇ ਦਾਦਾ ਜੀ ਆ, ਉਹਨਾਂ ਨੇ ਬੀੜ ਮੰਗੀ ਹੈ, ਬੀੜ ਉਹਦੇ ਕੋਲ ਸੀਗੀ, ਉਹਨੇ ਕਿਹਾ ਵੀ ਮੈਂ ਬੀੜ ਨਹੀਂ ਦੇਣੀ, ਉਹਨੇ ਬੀੜ ਦੇਣ ਤੋਂ ਇਨਕਾਰੀ ਹੋ ਗਿਆ। ਗੁਰੂ ਨੇ ਅਧਿਐਨ ਕਰਨਾ ਸੀ ਗੁਰੂ ਗ੍ਰੰਥ ਸਾਹਿਬ ਦਾ, ਬੀੜ ਦਾ, ਤਾਂ ਜਦੋਂ ਉਹਨਾਂ ਨੇ ਜਾ ਕੇ ਕਿਹਾ ਵੀ ਧੀਰਮਲ ਨੇ ਜਵਾਬ ਦੇ ਤਾ ਜੀ ਬੀੜ ਦਿੱਤੀ ਨਹੀਂ, ਤਾਂ ਮਹਾਰਾਜ ਨੇ ਹੁਕਮਨਾਮਾ ਜਾਰੀ ਕੀਤਾ ਕਿ ਧੀਰਮਲ ਅਤੇ ਧੀਰਮਲ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਪੰਥ ਵਿੱਚੋਂ ਛੇਕ ਦਿੱਤੀਆਂ ਗਈਆਂ ਨੇ। ਬਹੁਤ ਸਖ਼ਤ ਸਜ਼ਾ, ਜੋ ਦੁਨੀਆਂ ਦੇ ਕਿਸੇ ਵੀ ਅਦਾਲਤ ਨੇ ਐਡੀ ਬੜੀ ਸਜ਼ਾ ਨਹੀਂ ਦਿੱਤੀ। ਅੱਜ ਤੱਕ ਵੀ, ਹੁਣ ਤੱਕ ਵੀ ਜਿਹੜੀ ਧੀਰਮਲ ਦੇ ਅੰਸ਼ ਵੰਸ਼ ਹੈ ਉਹ ਪੰਥ ਦਾ ਪਾਰਟ ਨਹੀਂ ਹੈ, ਔਰ ਉਹਨਾਂ ਨੇ ਇੱਕ ਵੇਲੇ ਕੋਸ਼ਿਸ਼ ਕੀਤੀ ਸੀ ਕਿ ਸਾਨੂੰ ਪੰਥ ਵਿੱਚੋਂ ਲੈ ਆਓ, ਤੁਸੀਂ ਹੁਕਮਨਾਮਾ ਵਾਪਸ ਕਰ ਦਿਓ, ਅਸੀਂ ਤੁਹਾਨੂੰ ਬੀੜ ਦੇ ਦਿੰਦੇ ਹਾਂ ਸ਼੍ਰੋਮਣੀ ਕਮੇਟੀ ਨੂੰ। ਲੇਕਿਨ ਜਦੋਂ ਉਹ ਦੇਣ ਲੱਗੇ ਤਾਂ ਮੇਰੇ ਕੋਲ ਟੋੜਾ ਸਾਹਿਬ ਆਏ, ਮੈਨੂੰ ਕਹਿੰਦੇ ਕੀ ਕਰੀਏ। ਮੈਂ ਕਿਹਾ ਕੰਮ ਤੁਸੀਂ ਕਰਨੀ ਤੁਹਾਡੇ ਪ੍ਰਵਿਊ 'ਚ ਨਹੀਂ ਇਹ ਗੱਲ ਹੈ ਜੀ, ਕਿਉਂਕਿ ਗੁਰੂ ਦਾ ਹੁਕਮਨਾਮਾ ਸਿਰਫ ਗੁਰੂ ਵਾਪਸ ਲੈ ਸਕਦਾ, ਪੰਥ ਉਸ ਤੋਂ ਗੁਰੂ ਤੋਂ ਉੱਪਰ ਨਹੀਂ ਹੈ, ਪੰਥ ਗੁਰੂ ਦੇ ਅਧੀਨ ਆ, ਤਾਂ ਤੁਸੀਂ ਜੇ ਇਹੋ ਜਿਹਾ ਕੰਮ ਕਰੋਗੇ ਤੁਹਾਨੂੰ ਸਿੱਖਾਂ ਨੇ ਬਖਸ਼ਣਾ ਨਹੀਂ। ਇਸੇ ਤਰੀਕੇ ਨਾਲ ਗੁਰੂ ਹਰ ਰਾਏ ਸਾਹਿਬ ਸੱਤਵੇਂ ਪਾਤਸ਼ਾਹ, ਉਹਨਾਂ ਦੇ ਬੇਟਾ ਸੀ ਰਾਮ ਰਾਏ, ਰਾਮ ਰਾਏ ਬੜਾ ਮਤਲਬ ਅੱਛਾ ਸੀ, ਉਹਨੂੰ ਬਹੁਤ ਪਿਆਰ ਕਰਦੇ ਸੀ ਮਹਾਰਾਜ। ਤਾਂ ਇੱਕ ਸ਼ਿਕਾਇਤ ਹੋ ਗਈ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਵੀ ਗੁਰੂਆਂ ਦੇ ਗ੍ਰੰਥ ਦੇ ਵਿੱਚ ਇੱਕ ਤੌਹੀਨ ਕੀਤੀ ਗਈ ਇਸਲਾਮ ਦੀ, ਮਿੱਟੀ ਮੁਸਲਮਾਨ ਕੀ ਪੇੜੇ ਪੇ ਕਮਿਆਰ, ਉਹ ਸ਼ਬਦ ਲੈ ਕੇ। ਅਤੇ ਇਹ ਸਾਡਾ ਸਾਮਰਾਜ ਆ, ਸਾਡੇ ਧਰਮ ਦੇ ਅਧਾਰਿਤ ਸਾਮਰਾਜ ਆ, ਅਤੇ ਇਹ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਹ ਔਰੰਗਜ਼ੇਬ ਨੇ ਔਡਰ ਕਰਕੇ ਗੁਰੂ ਹਰ ਰਾਏ ਸਾਹਿਬ ਨੂੰ ਕਿਹਾ ਦਰਬਾਰ 'ਚ ਆਓ, ਪੇਸ਼ ਹੋ, ਤਾਂ ਇਸਦੀ ਐਕਸਪਲੇਨੇਸ਼ਨ ਦਿਓ। ਤਾਂ ਗੁਰੂ ਮਹਾਰਾਜ ਨੇ ਕੀ ਕੀਤਾ, ਹਰ ਰਾਏ ਸਾਹਿਬ ਨੇ ਰਾਮ ਰਾਏ ਜਿਹੜਾ ਉਹਨਾਂ ਦਾ ਬਹੁਤ ਸਿਆਣਾ ਸੂਝਵਾਨ ਪੁੱਤਰ ਸੀ, ਬੜਾ ਪੁੱਤਰ ਸੀ, ਉਹਨੂੰ ਕਿਹਾ ਵੀ ਰਾਮ ਰਾਏ ਜਾਓ ਉੱਥੇ ਦਰਬਾਰ ਸਾਹਿਬ, ਉੱਥੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਦੱਸ ਕੇ ਆਓ ਵੀ ਗੱਲ ਕੀ ਹੈ। ਉਹ ਉੱਥੇ ਜਦੋਂ ਪਹੁੰਚਦਾ ਉਹ ਭੈਭੀਤ ਹੋ ਜਾਂਦਾ, ਜਦੋਂ ਔਰਾ ਦੇਖਦਾ ਨਾ ਸਾਰਾ, ਤਲਵਾਰਾਂ ਲਈ, ਨੇਜ਼ੇ ਲਈ, ਹਥਿਆਰ ਲਈ ਉੱਥੇ ਖੜ੍ਹੇ ਆਲੇ ਦੁਆਲੇ, ਉਹ ਘਬਰਾ ਜਾਂਦਾ। ਘਬਰਾਹਟ ਦੇ ਵਿੱਚ ਉਹ ਜਿਹੜਾ ਸ਼ਬਦ ਸੀ ਮੁਸਲਮਾਨ ਦੀ ਜਗ੍ਹਾ ਬੇਈਮਾਨ ਕਹਿ ਦਿੰਦਾ, ਮਿੱਟੀ ਬੇਈਮਾਨ ਕੀ, ਉਹ ਜਦੋਂ ਕਹਿ ਦਿੰਦਾ ਤਾਂ ਉਹ ਤਾਂ ਉਹਨੂੰ ਜਗੀਰ ਦੇ ਦਿੰਦਾ ਔਰੰਗਜ਼ੇਬ ਵੀ ਇਹਨੇ ਸ਼ਬਦ ਬਦਲਤਾ। ਤਾਂ ਉਹ ਜਦੋਂ ਵਾਪਸ ਆ ਰਿਹਾ, ਮਹਾਰਾਜ ਨੂੰ ਪਤਾ ਲੱਗ ਜਾਂਦਾ ਵੀ ਆਹ ਕੰਮ ਹੋ ਗਿਆ, ਤਾਂ ਮਹਾਰਾਜ ਉੱਥੇ ਬੈਠੀ, ਹਲੇ ਉਹ ਪਹੁੰਚਦਾ ਨਹੀਂ ਉਸ ਜਗ੍ਹਾ 'ਤੇ ਜਿੱਥੇ ਮਹਾਰਾਜ ਆਪ ਆ ਗੁਰੂ ਹਰ ਰਾਏ ਸਾਹਿਬ, ਉਹ ਸਜ਼ਾ ਸੁਣਾਉਂਦੇ ਆ ਰਾਮ ਰਾਏ, ਰਾਮ ਰਾਏ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਹਮੇਸ਼ਾ ਲਈ ਪੰਥ 'ਚੋਂ ਛੇਕ ਦਿੱਤੀਆਂ। ਸਮਝੇ ਨਹੀਂ, ਦੋ ਈਵੈਂਟ ਹੈਗੀਆਂ, ਔਰ ਐਡੀਆਂ ਸਜ਼ਾਵਾਂ ਹੈਗੀਆਂ ਜਿਹੜੀ ਦੁਨੀਆਂ ਦੇ ਜੁਡੀਸ਼ੀਅਲ ਸਿਸਟਮ 'ਚ ਐਗਜ਼ਿਸਟ ਨਹੀਂ ਕਰਦੀਆਂ। ਸਮਝੇ ਕਿ ਨਹੀਂ, ਉਹ ਵੀ ਉੱਥੇ ਹੁਣ ਉਹਨਾਂ ਨੂੰ ਜਗੀਰ ਮਿਲੀ ਵੀ ਆ, ਦੇਹਰਾਦੂਨ ਉਹ ਆਪਣਾ ਚਲਾਉਂਦੇ ਆ, ਆਪੇ ਆਪਣੀ ਉਹਨਾਂ ਨੇ ਬੀੜ ਬਣਾ ਲਈ। ਉਹਨਾਂ ਦੇ ਜਿਹੜੇ ਜਿੰਨੇ ਵੀ ਡਿਸੈਂਡੈਂਟ ਹੈਗੇ ਆ ਉਹ ਸਿੱਖ ਪੰਥ ਦਾ ਪਾਰਟ ਨਹੀਂ ਹੈਗੇ। ਇਸੇ ਤਰੀਕੇ ਨਾਲ ਧੀਰਮਲ ਦੇ, ਸਮਝੇ ਕਿ ਨਹੀਂ, ਉਹਨਾਂ ਕੋਲ ਜਗੀਰਾਂ ਵੀ ਦਿੱਤੀਆਂ, ਸਭ ਕੁਛ ਹੈਗਾ, ਪਰ ਉਹ ਪੰਥ ਦਾ ਪਾਰਟ ਨਹੀਂ। ਅੱਛਾ, ਦੂਜੀ ਚੀਜ਼, ਤੁਸੀਂ ਬਹੁਤ ਵੱਡੀ ਉਦਾਹਰਣ ਦਿੱਤੀ ਗੁਰੂ ਸਾਹਿਬ ਵੇਲੇ ਦੀ, ਉਦਾਹਰਣ ਦੇ ਦਿੱਤੀ, ਪਰ ਇੱਕ ਚੀਜ਼ ਸਮਝਣੀ ਚਾਹੂੰਗਾ, ਜਦੋਂ ਸਮਾਜਿਕ ਅਦਾਲਤ ਦੇ ਵਿੱਚ ਕੋਈ ਕੋਈ ਅਹੁਦੇਦਾਰ, ਕੋਈ ਮੁਲਾਜ਼ਮ, ਕੋਈ ਅਫਸਰ ਕਿਸੇ ਮਾਮਲੇ ਦੇ ਵਿੱਚ ਕੇਸ ਚੱਲ ਰਿਹਾ ਹੁੰਦਾ, ਉਦੋਂ ਤੱਕ ਉਹ ਸਰਵਿਸ ਕਰ ਸਕਦਾ, ਪਰ ਜਦੋਂ ਉਹਨੂੰ ਦੋਸ਼ੀ ਐਲਾਨ ਦਿੱਤਾ ਜਾਂਦਾ ਉਹਦੇ ਵਿੱਚ, ਫਿਰ ਉਸ ਤੋਂ ਬਾਅਦ ਉਹ ਸਰਵਿਸ ਦੇ ਵਿੱਚ ਨਹੀਂ ਰਹਿ ਸਕਦਾ। ਤਾਂ ਇਹ ਧਾਰਮਿਕ ਅਦਾਲਤ, ਸਰਵਉੱਚ ਅਦਾਲਤ ਸਿੱਖਾਂ ਦੀ, ਤਾਂ ਇੱਥੇ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਐਲਾਨ ਦਿੱਤਾ ਗਿਆ ਤਾਂ ਕੀ ਉਹ ਪ੍ਰਧਾਨ ਬਣੇ ਰਹਿ ਸਕਦੇ ਨੇ? ਪ੍ਰਧਾਨਗੀ ਤਾਂ ਉਹਨੇ ਹੈਂਡ ਓਵਰ ਕਰਤੀ ਹੈ ਨਾ,
ਭੁੰਦੜ ਸਾਹਿਬ ਨੂੰ ਹੈਂਡਓਵਰ ਕਾਰਜਕਾਰੀ ਪ੍ਰਧਾਨ ਜੋ ਵੀ ਕਰਤਾ। ਹੁਣ ਉਹ ਬਤੌਰ ਇੱਕ ਨਿਮਾਣਾ ਸਿੱਖ ਦੇ ਤੌਰ ਤੇ ਜਾਏਗਾ, ਅਪੀਲ ਹੋਏਗਾ ਕਿ ਜੋ ਵੀ ਉਹਨਾਂ ਨੇ ਸਜ਼ਾ ਦੇਣੀ ਹੈ। ਮੈਂ ਤੁਹਾਨੂੰ ਦੱਸ ਸਕਦਾ ਵੀ ਕੀ ਸਜ਼ਾ, ਤਾਂ ਉਹਨਾਂ ਤੇ ਡਿਪੈਂਡ ਕਰਦਾ ਕਿੰਨੀ ਕੁ ਸਜ਼ਾ ਦੇਣੀ ਹੈ, ਕਦੋਂ ਦੇਣੀ ਹੈ, ਇਹ ਸਾਰਾ ਉਹਨਾਂ ਦਾ ਫੈਸਲਾ।